ਨਕਸਦਾਨ ਹੋ ਰਹੇ ਦੇ ਵੱਲ ਤੁਹਾਡਾ ਸਿੱਧੇ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਗੈਂਗਸਟਰ ਤੁਹਾਡਾ ਨਾਂ ਲੈ ਲੈਂਦੇ ਆ ਉਹ ਜੇ ਨਾਂ ਮੇਰਾ ਲੈਂਦਾ ਵੀ ਗੈਂਗਸਟਰ ਨੂੰ ਮੈਂ ਬਣਾਇਆ ਤਾਂ ਝੂਠ ਬੋਲਦਾ ਵੇਖੋ ਉਹਨੂੰ ਨਹੀਂ ਬੋਲਣਾ ਚਾਹੀਦਾ ਇਹ ਝੂਠ ਇਹ ਗੱਲ ਠੀਕ ਹੈ ਜਦੋਂ ਪੜਦਾ ਹੁੰਦਾ ਸੀ ਕਾਲਜ ਦੇ ਵਿੱਚ ਰਾਮਪਰਾਪੂ ਮੇਰੇ ਕੋਲੇ ਆਉਂਦਾ ਹੁੰਦਾ ਸੀ ਇਹਦੀ ਹਾਂ ਇਹਦੀ ਮਾਂ ਸਾਡੀ ਸਰਪੰਚ ਸੀ ਕਾਲੇਦਲ ਦੀ ਉੱਥੇ ਪਿੰਡ ਦੀ ਇੰਨੀ ਕਿ ਮੈਂ ਮਦਦ ਕਰਦਾ ਰਿਆ ਜਿੰਨਾ ਚਿਰ ਇਹ ਕਾਲਜ ਪੜਦਾ ਸੀ ਉਹਨਾਂ ਜਿਵੇਂ ਕਰਤਾਰੇ ਆ ਮਦਦ ਉਹਦੀ ਸਟੂਡੈਂਟ ਦੇ ਤੌਰ ਤੇ ਹੋਰ ਕੋਈ ਨਹੀਂ ਬਸ ਲੜਾਈ ਸਟੂਡੈਂਟਾਂ ਤੇ ਕਿਸੇ ਇਹਨਾਂ ਦੀ ਆਬੀ ਦੀ ਬਾਅਦ ਚ ਜਦੋਂ ਇਹ ਹਟ ਗਿਆ ਪੜਨਾ ਉਦੋਂ ਫਿਰ ਇਹਨੇ ਇੱਕ ਉਥੇ ਰਾਮਪੁਰੇ ਫੂਲ ਚ ਦੁਕਾਨ ਤੇ ਕਬਜ਼ਾ ਕਰ ਲਿਆ ਸੀ ਸ਼ਹਿਰ ਦੇ ਵਿੱਚ ਛਰੇ ਆ ਅੱਛਾ ਉਹਦੇ ਚ ਫਿਰ ਐਸਐਚਓ ਨੇ ਮੈਨੂੰ ਪੁੱਛਿਆ ਵੀ ਕਿਵੇਂ ਜੀ ਇਹ ਤੁਹਾਡਾ ਨਾਂ ਲੈਂਦਾ ਵੀ ਮੈਂ ਉਹਨਾਂ ਦਾ ਬੰਦਾ ਐ ਮੈਂ ਕਿਹਾ ਮੈਂ ਕਿਸੇ ਨੂੰ ਮੈਂ ਬਿਲਕੁਲ ਨਹੀਂ ਕਹਿੰਦਾ ਕੋਈ ਦੁਕਾਨ ਤੇ ਕਬਜ਼ਾ ਹੋਵੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਹੋਵੇ ਜਿਹੜਾ ਕਬਜ਼ਾ ਤੁਰਤ ਖਾਲੀ ਕਰਾਓ ਉਹਨਾਂ ਨੇ ਫਿਰ ਸਖਤੀ ਕਰਕੇ ਕਬਜ਼ਾ ਖਾਲੀ ਕਰਾਤਾ ਸੀ ਉਦੋਂ ਮੁੜ ਕੇ ਮੇਰੇ ਕੋਲੇ ਕ ਇੱਕ ਇੱਕ ਤੁਹਾਡੇ ਤੇ ਹੋਰ ਬਹੁਤ ਪੰਜਾਬ ਦੇ ਇੱਕ ਬਹੁਤ ਸੋਸ਼ਲ ਨਾ ਹੀ ਲੈਦੇ ਕੋਈ ਨਹੀਂ ਲੱਖਾਂ ਸਦਾਨ ਹੋਰ ਉਹਦੇ ਵੱਲੋਂ ਤੁਹਾਡਾ ਸਿੱਧੇ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਗੈਂਗਸਟਰ ਤੁਹਾਡਾ ਨਾ ਲੈ ਜਾਂਦੇ ਉਹ ਵੇਖੋ ਜੇ ਨਾ ਮੇਰਾ ਲੈਂਦਾ ਵੀ ਗੈਂਗਸਟਰ ਨੂੰ ਮੈਂ ਬਣਾਇਆ ਤਾਂ ਉਹ ਝੂਠ ਬੋਲਦਾ ਵੇਖੋ ਉਹਨੂੰ ਨਹੀਂ ਬੋਲਣਾ ਚਾਹੀਦਾ ਇਹ ਝੂਠ ਇਹ ਗੱਲ ਠੀਕ ਹੈ ਜਦੋਂ ਪੜਦਾ ਹੁੰਦਾ ਸੀ ਕਾਲਜ ਦੇ ਵਿੱਚ ਰਾਮਪਰਾ ਫੂਲ ਮੇਰੇ ਕੋਲੇ ਆਉਂਦਾ ਹੁੰਦਾ ਸੀ ਇਹਦੀ ਹਾਂ ਇਹਦੀ ਮਾਂ ਸਾਡੀ ਸਰਪੰਚ ਸੀ ਕਾਲੀ ਦਲ ਦੀ ਉੱਥੇ ਪਿੰਡ ਦੀ ਇਹ ਮੇਰੇ ਕੋਲੇ ਆਉਂਦਾ ਹੁੰਦਾ ਸੀ ਬੱਚਿਆਂ ਦੇ ਇਹਦਾ ਨਾ ਕਾਲ ਚ ਰੌਲਾ ਉਸੇ ਧੜੇ ਬਣੇ ਵਿੱਚ ਦੋ ਕਾਲਜ ਇਹ ਲੜਦొੜ ਪੈਂਦੇ ਸੀ ਆ ਵੀ ਦੀ ਕਈ ਵਾਰੀ ਫਿਰ ਇਹਨੂੰ ਸਸਪੈਂਡ ਕਰ ਦਿੰਦੇ ਕਾਲਜ ਦੇ ਵਿੱਚੋਂ ਕਈ ਇੱਕ ਵਾਰੀ ਪ੍ਰਿੰਸੀਪਲ ਨੇ ਕੱਢ ਵੀ ਦਿੱਤਾ ਸੀ ਇਹਨੂੰ ਕਾਲਜ ਤੋਂ ਫਿਰ 20 30 50 ਬੱਚੇ ਇਕੱਠੇ ਹੋ ਉਹ ਬੋ ਤੇ ਪ੍ਰਿੰਸੀਪਲ ਨੂੰ ਕਹਿ ਕੇ ਵੀ ਗਲਤ ਕੱਢਿਆ ਜੀ ਜਿਵੇਂ ਚਲੋ ਉਹ ਤਾਂ ਉਹਨਾਂ ਦੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਪਤਾ ਹੋਣਾ ਵੀ ਕੀ ਰੌਲਾ ਸੀ ਮੈਂ ਪ੍ਰਿੰਸੀਪਲ ਨੂੰ ਕਹਿ ਜਾਂਦਾ ਸੀ ਯਾਰ ਪੜ ਲੈਂਦੇ ਇਹਨੂੰ ਕੋਈ ਨਹੀਂ ਜੇ ਇਹਨੇ ਗਲਤੀ ਕਰਦੀ ਬਾਅਦ ਤੌਰ ਤੇ ਸਪਾਸਿਸ਼ ਇੰਨੀ ਕਿ ਮੈਂ ਮਦਦ ਕਰਦਾ ਰਿਆ ਜਿੰਨਾ ਚਿਰ ਇਹ ਕਾਲਜ ਚ ਪੜਦਾ ਸੀ ਉਹਨਾਂ ਚਿਰ ਮੈਂ ਕਰਦਾ ਰਿਆ ਮਦਦ ਉਹਦੀ ਸਟੂਡੈਂਟ ਦੇ ਤੌਰ ਤੇ ਹੋਰ ਕੋਈ ਨਹੀਂ ਉਦੋਂ ਇਹਨੇ ਕੋਈ ਗਲਤ ਕੰਮ ਨਹੀਂ ਸੀ ਕੀਤਾ ਉੱਥੇ ਮੈਂ ਵੀ ਕਹਿ ਦਿਆ ਵੀ ਜਦੋਂ ਇਹ ਪੜਦਾ ਹੁੰਦਾ ਸੀ ਕਿਸੇ ਗਲਤ ਪਾਸੇ ਨਹੀਂ ਸੀ ਜਾਂਦਾ ਇਹ ਉਦੋਂ ਬਸ ਲੜਾਈ ਸਟੂਡੈਂਟਾਂ ਤੇ ਕੀ ਸੀ ਇਹਨਾਂ ਦੀ ਆਪ ਹੀ ਦੀ ਬਾਅਦ ਚ ਜਦੋਂ ਇਹ ਹਟ ਗਿਆ ਪੜਨੋਂ ਉਦੋਂ

ਅੱਛਾ ਉਹਦੇ ਚ ਫਿਰ ਐਸਚ ਨੇ ਮੈਨੂੰ ਪੁੱਛਿਆ ਵੀ ਕਿਵੇਂ ਜੀ ਇਹ ਤੁਹਾਡਾ ਨਾਂ ਲੈਂਦਾ ਵੀ ਮੈਂ ਉਹਨਾਂ ਦਾ ਬੰਦਾ ਐ ਮੈਂ ਕਿਹਾ ਮੈਂ ਕੁਛ ਨਹੀਂ ਮੈਂ ਬਿਲਕੁਲ ਨਹੀਂ ਕਹਿੰਦਾ ਕੋਈ ਦੁਕਾਨ ਤੇ ਕਬਜ਼ਾ ਹੋਵੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਹੋਵੇ ਜਿਹੜਾ ਕਬਜ਼ਾ ਤੁਰਤ ਖਾਲੀ ਕਰਾਓ ਉਹਨਾਂ ਨੇ ਫਿਰ ਸਖਤੀ ਕਰਕੇ ਕਬਜ਼ਾ ਖਾਲੀ ਕਰਾਤਾ ਸੀ ਉਦੋਂ ਮੁੜ ਕੇ ਮੇਰੇ ਕੋਲੇ ਕਦੇ ਆਇਆ ਨਹੀਂ ਮੁੜ ਕੇ ਉਦੋਂ ਬਾਅਦ ਤਾਂ ਫਿਰ ਜਾਣ ਕੇ ਮੈਨੂੰ ਭੰਡਣ ਦਾ ਮਾਰਾ ਕਦੇ ਕੁਝ ਕਹਿ ਜਾਂਦਾ ਕਿਥੇ ਉਦੋਂ ਬਾਅਦ ਜਿਹੜੀ ਜਿਹੜੀ ਸਾਂਝ ਐ ਉਸ ਸਮੇਂ ਦੀ ਐ ਬਸ ਉਹਨਿੰਗੋ ਹੀ ਐ ਉਦੋਂ ਗਾ ਨਹੀਂ ਉਹ ਲਾਸਟ ਸੀਗੀ ਜਦੋਂ ਇਹਨੇ ਦੁਕਾਨ ਤੇ ਕਬਜ਼ਾ ਕੀਤਾ ਉਹਦੇ ਚ ਮੈਂ ਇਹਦੀ ਮਦਦ ਖਾਲੀ ਕਰਾ ਲਈ ਸੀ ਫਿਰ ਤੇ ਉਦੋਂ ਬਾਅਦ ਕੇ ਸਾਡਾ ਨਹੀਂ ਹੈਗਾ ਕਾਲਜ ਟਾਈਮ ਜਿਹੜੀਆਂ ਕੋਈ ਨਿੱਕੇ ਬਸ ਉਹ ਹੀ ਉਹ ਕਾਲਜ ਟਾਈਮ ਹੀ ਹੈ ਕਾਲਜ ਟਾਈਮ ਵੈਸੇ ਵੈਸੇ ਸੋਸ਼ਲ ਮੀਡੀਆ ਵਰਤਦੇ ਨੂੰ ਥੋੜਾ ਬਹੁਤ ਆ ਸੋਸ਼ਲ ਮੀਡੀਆ ਦੇਖ ਲੈਣੇ ਹਾਂ ਦੇਖਦੇ ਨੇ ਤੁਹਾਡੇ ਤੱਕ ਵੀ ਕਿਉਂਕਿ ਚੀਜ਼ਾਂ ਨਹੀਂ ਆ ਜਾਂਦੀਆਂ ਆ ਜਾਂਦੀਆਂ ਬਿਲਕੁਲ ਠੀਕ ਹੈ ਕਿ ਸਿੱਧੇ ਤੌਰ ਤੇ ਜਦੋਂ ਇਦਾਂ ਚੀਜ਼ਾਂ ਕਹੀਆਂ ਮੈਨੂੰ ਲੱਗਦਾ ਕਿ ਚੀਜ਼ਾਂ ਦੀ ਕਲੈਰੀਫਿਕੇਸ਼ਨ ਵੀ ਬਹੁਤ ਜ਼ਰੂਰੀ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟਿਓ ਨਹੀਂ ਤਾਂ ਲੋਕਾਂ ਦਾ ਹੀ ਚੀਜ਼ਾਂ ਜੋ ਟਰੈਵਲ ਕਰਕੇ ਜਾਂਦੀਆਂ ਸੱਚ ਲੋਕ ਸਮਝਣ ਲੱਗ ਜਾਂਦੇ ਆ ਬਿਲਕੁਲ ਬਸ ਹਾਂ ਬਿਲਕੁਲ ਨਾ ਕਿਸੇ ਨੂੰ ਕੋਈ ਕੁਝ ਨਹੀਂ ਬਣਾ ਸਕਦਾ ਜੀ ਜਦੋਂ ਬਣਦਾ ਕੋਈ ਆਪ ਹੀ ਬਣਦਾ ਹੈ ਜੇ ਅਸੀਂ ਕਹੀਏ ਮੈਂ ਕਹਾਂ ਵੀ ਮੈਨੂੰ ਕੋਈ ਕੁਝ ਬਣਾ ਦਊਗਾ ਚੋਰ ਬਣਾ ਦਊ ਜਾਂ ਸਾਥ ਬਣਾ ਦਊ ਜਾਂ ਨਾ ਮੈਨੂੰ ਕੋਈ ਸਾਥ ਬਣਾ ਸਕਦਾ ਨਾ ਮੈਨ ਉਧਰ ਨੂੰ ਕਰਨਾ ਹੁੰਦਾ ਇਹ ਤਾਂ ਲੋਕਾ ਸਰਤਾ ਐਵੇਂ ਬਹਨੇ ਵੈਸੇ ਹੁਣ ਦੇਖ ਰਹੇ ਹਾਂ ਲੱਖੇ ਸਹਾਣਾ ਜਿਹੜਾ ਕੰਮ ਕਰ ਰਿਆ ਕਿਵੇਂ ਹੁਣ ਵੀ ਮੈਂ ਕੋਈ ਇਹੋ ਜਿਹੇ ਬੰਦਿਆ ਤੇ ਕੋਈ ਪੈਂਦਾ ਨਹੀਂ ਕਿੰਤੂ ਪਰੰਤੂ ਕਰਦਾ ਨਹੀਂ ਕਿਸੇ ਗੱਲ 'ਚ ਪੈਂਦਾ ਨਹੀਂ ਕਹਿਣ ਨੂੰ ਮੇਰੇ ਕੋਲ ਬਹੁਤ ਕੁਝ ਹੈ ਪਰ ਮੈਂ ਇਹ ਗੱਲਾਂ 'ਚ ਪੈਣਾ ਨਹੀਂ ਕੋਈ ਫਾਇਦਾ ਨਹੀਂ ਐਵੇਂ ਕਿਸੇ ਦੇ ਗਲਤ ਬੰਦੇ ਦੇ ਮੂੰਹ 'ਮ ਲੱਗੋ ਕੋਈ ਲਾਭ ਨਹੀਂ ਹੁੰਦਾ ਉਹਦਾ ਕੋਈ